ਨਾਭਾ ਦੇ ਪਟਿਆਲਾ ਰੋਡ ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਤੇ 10,45,000 ਰੁਪਏ ਦੀ ਲੁੱਟ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਰਿਲਾਇੰਸ ਪੈਟਰੋਲ ਪੰਪ ਦੇ ਕਰਿੰਦੇ ਨੂੰ ਜ਼ਖਮੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੱਜ ਸਵੇਰੇ ਉਸ ਵੇਲੇ ਵਾਪਰੀ ਹੈ ਜਦੋਂ ਪੈਟਰੋਲ ਪੰਪ ਦਾ ਮੁਲਾਜ਼ਮ 10,45,000 ਰੁਪਏ ਦੀ ਰਕਮ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਨਿਕਲਿਆ ਸੀ। ਇਸੇ ਦੌਰਾਨ ਹੀ ਲੁਟੇਰਿਆਂ ਨੇ ਉਸ ਤੇ ਹਮਲਾ ਕੀਤਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਲੁੱਟ ਦੀ ਇਹ ਵਾਰਦਾਤ ਪੈਟਰੋਲ ਪੰਪ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਕੀ ਹੋਇਆ ਸੀ ਵੀਰ ਜੀ? ਇਹ ਪਤਾ ਨਹੀਂ, ਅੱਗੇ ਪਿੱਛੋਂ ਆ ਕੇ ਬਣੇ। ਕਿੰਨੇ ਪੈਸੇ ਸੀ? ਪੈਸੇ ਪਤਾ ਨਹੀਂ, ਉਹਨਾਂ ਨੂੰ ਪਤਾ ਹੋਈ ਪੰਪ ਦੇ। ਕਿੰਨੇ ਬੰਦੇ ਸੀ? ਦੋ ਤੇ। ਮੋਟਰਸਾਈਕਲ 'ਤੇ ਸੀ? ਅਤੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ? ਫਿਰ ਭੱਜ ਗਏ ਨਾਲ ਦੀ ਨਾਲ? ਦੋਸ਼ੀਆਂ ਨੂੰ ਪਛਾਣ ਸਕਦੇ ਹੋ ਤੁਸੀਂ? ਦੇਖਿਆ ਕੀ ਮਾਰਿਆ ਉਹਨਾਂ ਨੇ ਤੁਹਾਡੇ? ਰੌੜੀ ਮਾਰੀ। ਚਾਕੂ ਵੀ ਸੀ ਉਹਨਾਂ ਕੋਲ? ਪਤਾ ਨਹੀਂ, ਦੁਬਾਰਾ ਤਾਂ ਮੈਨੂੰ ਨਹੀਂ ਰਹਿ ਗਿਆ। ਤੁਸੀਂ ਬੈਂਕ ਜਾ ਰਹੇ ਸੀ ਵੀਰੇ? ਇੰਜ ਬੈਂਕ ਕੈਸ਼ ਜਮ੍ਹਾਂ ਕਰਾਉਣ ਜਾ ਰਿਹਾ ਸੀਗਾ ਜੀ, ਵੀਰਾ ਪੈਲਸ ਕੋਲ ਇਹਦੇ ਸਿਰ 'ਤੇ ਰੌੜ ਮਾਰ ਕੇ ਇਹਨੂੰ ਸੁੱਤਾ ਅਤੇ ਉੱਥੋਂ ਖੋਕੇ ਲੈ ਗਏ ਨੇ ਇਹਦੇ ਕੋਲੋਂ ਕੈਸ਼ ਜੀ। ਕਿੰਨੇ ਪੈਸੇ? 10,45,000। ਸਰ ਇਸ ਤੋਂ ਪਹਿਲਾਂ ਵੀ ਇਹ ਰੂਟੀਨ ਲਈ ਇਹੀ ਜਮ੍ਹਾਂ ਕਰਾਉਂਦਾ? ਹਾਂ, ਮੁੰਡਾ ਇਹੀ ਸਾਡਾ ਬੈਂਕ ਜਾਂਦਾ, ਇਹਨੂੰ ਰੂਟੀਨ ਇਹੀ ਜਾਂਦਾ। ਤੁਹਾਨੂੰ ਪਤਾ ਲੱਗਿਆ ਸਰ ਕਿਸ ਤੋਂ ਕਦੋਂ ਪਤਾ ਲੱਗਿਆ ਜੀ? ਮੈਨੂੰ ਉਸੇ ਟਾਈਮ 5 ਮਿੰਟ ਬਾਅਦ ਇਹਦਾ ਫੋਨ ਆ ਗਿਆ ਸੀਗਾ ਜੀ, ਪਹੁੰਚ ਗਿਆ ਸੀ ਮੈਂ ਨਾਲ ਦੇ ਨਾਲ। ਓਕੇ, ਇਹਨਾਂ ਤੋਂ ਪੈਸੇ 10,45,000 ਰੁਪਇਆ ਸੀਗਾ। ਇਹਨਾਂ ਦਾ ਜਗਸੀਰ ਜਿਹੜਾ ਨੇ ਕੰਮ ਕਰਦਾ, ਉਹ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ 'ਤੇ ਗਿਆ ਸੀ ਇੱਥੋਂ ਪੈਟਰੋਲ ਪੰਪ ਤੋਂ। ਜਦੋਂ ਹੀਰਾ ਉਹ ਪੈਲਸ ਕੋਲ ਗਿਆ, ਉੱਥੋਂ ਦੋ ਬੰਦਿਆਂ ਨੇ ਇਹਦੇ, ਇੱਕ ਨੇ ਪਿੱਛੇ ਬੈਠੇ ਨੇ ਰਾੜ ਮਾਰੀ, ਇਹ ਡਿੱਗ ਪਿਆ ਅਤੇ ਉਹਨਾਂ ਨੇ ਇਹਦੀ ਖੋਲ੍ਹ ਕੇ ਡਿੱਗੀ 'ਚ ਪੈਸੇ ਉਹ ਚੱਕ ਕੇ ਲੈ ਗਏ। ਉਹਦਾ ਪਤਾ ਅਸੀਂ ਹੁਣ ਕਰ ਰਹੇ, ਅਸੀਂ ਟੈਕਨੀਕਲ ਕੱਢ ਰਹੇ ਇੱਥੋਂ ਸਾਰਾ ਚੀਜ਼ਾਂ, ਅਤੇ ਉਹਦੇ ਬਾਅਦ ਛੇਤੀ ਨਾਲ ਟ੍ਰੇਸ ਕੀਤਾ ਜਾਊ। ਸੀਸੀਟੀਵੀ ਸਰ ਕੁਛ ਸਾਹਮਣੇ ਆਇਆ ਕੁਛ ਨੌਜਵਾਨ? ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।